ਕੱਢਾਂ ਦਾ ਦੀ ਪੀ ਹਮ ਸਿਰ ਵਿੱਚ ਤੇਲ ਪਵਾ ਗਿਨ ਆਰਾਮ ਮਿਲਵੇ ਸੀ ਵਾਲ ਤਾਂ ਦੇਖੋ ਕਿਸ ਕਦਰ ਖਰਾਬ ਥੀਂਦੇ ਪੈਨ ਲੇਕਿਨ ਤੁਸਾਂ ਮੇਰੀ ਸੁਣਦੇ ਹੀ ਕੱਢਾਂ ਹੀ ਵੇ ਮੇਰਾ ਦਿਲ ਹੀ ਨਹੀਂ ਆਦਾ ਸ਼ਬੋ ਇਹ ਵਾਲ ਇਹ ਤਿਆਰੀ ਪਤਾ ਨਹੀਂ ਕਿਉਂ ਕਰੇਂਦੀ ਇਵੇਂ ਨਹੀਂ ਅੱਖੀਂਦਾ ਜੇ ਰਲੀ ਇਨਸਾਨ ਜ਼ਿੰਦਾ ਹੈ ਤਾਂ ਉਹਨੂੰ ਖਿਆਲ ਵੀ ਰੱਖਣਾ ਚਾਹੀਦਾ ਹੈ ਅੱਲਾ ਨੇ ਜੋ ਜ਼ਿੰਦਗੀ ਦਿੱਤੀ ਹੈ ਉਹਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਇਵੇਂ ਆਖਣ ਨਾਲ ਅੱਲਾ ਨਾਰਾਜ਼ ਥੀਂਦੇ ਅੱਲਾ ਨਾਰਾਜ਼ ਥੀਂਦੇ ਵਿਆਹ ਕਿਤਨਾ ਨਾਰਾਜ਼ ਸੀ ਅੱਲਾ ਮੇਰੇ ਕਨੇ ਸ਼ਬੋ ਪਹਿਲੀ ਐਕਸੀਡੈਂਟ ਵਿੱਚ ਮੇਰੇ ਕਨੇ ਮੇਰੇ ਮਾਂ ਪਿਓ ਖਸ ਗਏ ਦਿਨ ਸੀ ਜਿਹਕੋ ਮੈਂ ਸਭ ਤੋਂ ਜ਼ਿਆਦਾ ਪਿਆਰ ਕਰਦੀ ਹਾਂ ਸ਼ਾਦੀ ਦੇ ਬਾਅਦ ਇਵੇਂ ਨਿਕਲੇ ਨਾ ਆਪਣੀ ਮਰਜ਼ੀ ਨਾਲ ਜੀ ਸਕਦੀ ਹਾਂ ਨਾ ਆਪਣੀ ਮਰਜ਼ੀ ਨਾਲ ਮਰ ਸਕਦੀ ਹਾਂ ਵਿਆਹ ਕਿਤਨਾ ਨਾਰਾਜ਼ ਸੀ ਮੇਰੇ ਕਨੇ ਅੱਲਾ ਸ਼ਬੋ ਨਹੀਂ ਬੀਬੀ ਨਹੀਂ ਅੱਲਾ ਆਪਣੇ ਬੰਦੇ ਤੋਂ ਨਾਰਾਜ਼ ਨਹੀਂ ਥੀਂਦਾ ਉਹ ਆਪਣੇ ਅੱਛੇ ਬੰਦੇ ਦਾ ਇਮਤਿਹਾਨ ਗਿਣਦੇ ਤੇ ਜੋ ਹੀ ਇਮਤਿਹਾਨ ਵਿੱਚ ਪੂਰਾ ਉਤਰਦੇ ਹੁੰਦੇ ਵਾਸਤੇ ਵੱਡਾ ਇਨਾਮ ਏ ਇੱਥਾਂ ਨਾ ਸਹੀ ਆਖਰਤ ਵਿੱਚ ਹੀ ਸਹੀ ਇੱਕ ਗੱਲ ਦੱਸਾਂ ਤਾਂ ਕੁੰਨਾ ਜੀ ਹੈ ਬੀਬੀ ਕਿਆ ਲੱਗਦੇ ਤੁਹਾਡੇ ਘਰ ਦੀ ਤਨਹਾਈ ਦੂਰ ਥੀਵਣ ਵਾਲੀ ਏ ਕਿਆ ਘਰ ਵਿੱਚ ਕੋਈ ਆਵਣ ਵਾਲਾ ਏ ਸਾਹਿਬ ਜੀ ਕੁਝ ਪਲਾਨ ਕਰੇਂਦੇ ਪੈਣ ਯਾ ਅੱਲਾ ਇਹ ਕਿਆ ਔਲ ਫੋਲ ਆਦੀ ਪਈ ਤੂੰ ਕੋਈ ਵਿਆਹ ਤੇਰਾ ਬਿਰਾ ਸ਼ਾਦੀ ਕਰੇਂਦਾ ਪਏ ਕਹਿੰਦੀ ਜ਼ਿੰਦਗੀ ਖਰਾਬ ਕਰੇ ਸੀ ਨਹੀਂ ਸ਼ਬੋ ਤੂੰ ਇਵੇਂ ਨਾ ਥੀ ਵੰਡੇ ਵੀ ਪਰ ਨਾ ਜੀ ਬੀਬੀ ਮੈਂ ਕਰ ਹੀ ਕਿਆ ਸਕਦੀ ਹਾਂ ਜ਼ਰਾ ਸੋਚੋ ਜੇ ਕੋਈ ਆ ਵੀ ਵੇਂਦੇ ਤੇ ਸਾਡਾ ਦੁੱਖ ਦਰਦ ਵੰਡਣ ਕੀਤੇ ਹੈ ਸਾਡੇ ਨਾਲ ਦੂ ਗੱਲ ਹੀ ਕਰਨ ਕੀਤੇ ਹੋ ਸੀ ਨਾ ਨਹੀਂ ਸ਼ਬੋ ਨਹੀਂ ਮੈਂ ਇਤਨੀ ਮਤਲਬ ਹੀ ਕੋਈ ਨਹੀਂ ਕਿ ਆਪਣੀ ਤਨਹਾਈ ਵਾਸਤੇ ਕਹੀਂ ਬੇ ਦੀ ਜ਼ਿੰਦਗੀ ਦਾਉਦ ਤੇ ਲਾ ਦੇਵਾਂ ਅੱਲਾ ਕਰੇ ਉਹ ਜੋ ਵੀ ਹੈ ਕਹੀਂ ਤਰ੍ਹਾਂ ਵੀ ਬਚ ਵਣੇ ਹੀ ਚਲਾਕ ਆਦਮੀ ਦੇ ਜਾਲ ਕਨੇ ਅੱਲਾ ਸਹੀ ਸਭ ਠੀਕ ਕਰੇ ਅਸਾਂ ਸਾਰੀਆਂ ਕੀਤੇ ਹਏ ਇਹ ਸਾਹਿਬ ਜੀ ਇਤਨੀ ਜਲਦੀ ਕਿਵੇਂ ਆ ਗਏ ਤੁਸਾਂ ਤਿਆਰ ਥੀਵੋ ਮੈਂ ਤਾਂ ਤੱਲੇ ਵੇਂਦੀ ਪਈ ਹਾਂ ਕਮ ਅਜ਼ ਕਮ ਮੇਰੇ ਕੋਲ ਦਸਾ ਤਾਂ ਦਿੱਤਾ ਹੁੰਦਾ ਭਾਬੀ ਕਿਆ ਮੈਂ ਇਤਨੀ ਪਰੇ ਥੀ ਗਈ ਹਾਂ ਪੰਜ ਦਿਨ ਸ਼ਾਦੀ ਕੋ ਥੈਨ ਕਿਆ ਮੇਰੀ ਕੋਈ ਅਹਿਮੀਅਤ ਕੋਈ ਨਹੀਂ ਤੁਹਾਡੀ ਨਜ਼ਰ ਵਿੱਚ ਉਹ ਬਿਸਮਾ ਕਿਉਂ ਜਿਹੇ ਗਾਲੀ ਕਰੇਂਦੀ ਪਈ ਤੂੰ ਕਿਉਂ ਪਰੇ ਥੀ ਗਈ ਅਸਾਂ ਤਾਂ ਸੋਚਿਆ ਹਾਂ ਸ਼ਾਦੀਆਂ ਅਤੇ ਮਹਿਮਾਨੀ ਦੀ ਮਸਰੂਫੀਅਤ ਵਿੱਚ ਤੂੰ ਕਿਵੇਂ ਉਸੇ ਵੈਸੇ ਵੀ ਦੇਖਦਾ ਆਪਣੇ ਭਰਾ ਕੋ ਬਿਲਕੁਲ ਠੀਕ ਤਾਂ ਹੈ ਜੋ ਵੀ ਹੈ ਤੁਸਾਂ ਲੋਕਾਂ ਕੋ ਮੇਰੇ ਕੋ ਦੱਸਣਾ ਚਾਹੀਦਾ ਹਾਂ ਅੱਛਾ ਬਾਬਾ ਅਸੀਂ ਤਾਂ ਜੋ ਵੀ ਥੀ ਸੀ ਸਭ ਤੋਂ ਪਹਿਲੇ ਤੇਰੇ ਕੋ ਦੱਸੇ ਸਾਂ ਕਿੰਝੀਆਂ ਗਾਲੀ ਕਰੇਂਦੇ ਪਏ ਭਾਬੀ ਅੱਲਾ ਨਾ ਕਰੇ ਤੁਹਾਕੂ ਕੁਝ ਹੋਵੇ ਅੱਛਾ ਤੁਸਾਂ ਬਹੁ ਮੈਂ ਆਉਂਦੀ ਹਾਂ ਜੀ ਭਾਬੀ ਭਾਈ ਤੁਸਾਂ ਠੀਕ ਤੇ ਹੋਵੇ ਨਾ ਮੈਂ ਇਕਦਮ ਸੈੱਟ ਹਾਂ ਦੇ ਕੁਦ ਸਹੀ ਰਹਿਮ ਉਹ ਹਾਂ ਹਾਂ ਭਾਈ ਇਹ ਕੁਝ ਪੈਸੇ ਰੱਖ ਗਿਨੋ ਪਤਾ ਨਹੀਂ ਤੁਹਾਕੋ ਆਫਿਸ ਵਾਲੇ ਨੇ ਦਿੱਤਨ ਕੇ ਕੋਈ ਨਾ ਬਿਸਮਾ ਮੈਂ ਕਿਵੇਂ ਕਿੰਨਾ ਪੈਸੇ ਕਿਉਂ ਨਹੀਂ ਕਹਿ ਸਕਦੇ ਬਿਸਮਾ ਤੁਹਾਡੀ ਛੋਟੀ ਭੈਣ ਹੈ ਅਗਰ ਤੁਹਾਕੋ ਪੈਸੇ ਦੇਣ ਦੀ ਤਾਂ ਰੱਖ ਗਿਨੋ ਰਾਹਿਬ ਤੂੰ ਹਰ ਵੇਲੇ ਸ਼ਰਮਿੰਦਾ ਕਰਦੇ ਨੇ ਯਾਰ ਮਨਸੂਰ ਭਾਈ ਤੁਸੀਂ ਇਹੋ ਜਿਹੀਆਂ ਗੱਲਾਂ ਕਿਉਂ ਸੋਚਿੰਦੇ ਵੇ ਤੁਸੀਂ ਸਾਡੇ ਵੱਡੇ ਭਰਾ ਹੋ ਤੁਹਾਡੇ ਪੈਸੇ ਸਾਡੇ ਪੈਸੇ ਇੱਕੋ ਗੱਲ ਹੈ ਇਹਦੇ ਸ਼ਰਮਿੰਦਗੀ ਦੀ ਕਿਹੜੀ ਗੱਲ ਹੈ ਇਹ ਗਿਨੋ ਭਾਈ ਭਾਬੀ ਤੁਸੀਂ ਖਾਮ ਖਾਇ ਤਕਲਫ ਕੀਤੇ ਇਹ ਚੀਜ਼ਾਂ ਦੀ ਕੀ ਜ਼ਰੂਰਤ ਹੈ ਨਹੀਂ ਤੁਹਾਡਾ ਆਪਣਾ ਘਰ ਹੈ ਕਿਉਂ ਜੇ ਗਾਲੀ ਕਰਨ ਦੇ ਪੈਵੇ ਖਾਣਾ ਬਿਸਮਾ ਇਹ ਕਿਨੋ ਰਾਹਿਮ ਭਾਈ ਖਾ ਰਾਹਿਮ ਬਾਜੀ ਇਹ ਤਕਲਫ ਦੀ ਕੀ ਜ਼ਰੂਰਤ ਹੈ
सिर्फ इयो ही नहीं खाना खादे बगैर मैं तको वणण कहना देसा बाजी बे खाण दी कोई जरूरत नहीं ए सब बहु में भाई तुसा किन्नो ना